हाँ जी, अज थोनू सारिआं नूं पता है भी मान साहब की कोठी अगे बहुत वड्डा कट सी, ठीक है, बाई भाने सिद्धू की रिहाई वास्ते, तो उहदे चक्कर दे विच बहुत ज्यादा बंदिआं नूं गिरफ्तार करिआ। सानूं तां सारी टीम नूं भाने सिद्धू जी नूं एसपी साहब ने गिरफ्तार करिआ सी, ठीक है, सवेरे कोठी दे विचों ते असीं वालिया थाने दे विच सी अज सारा दिन, ते पुलिस प्रशासन ने साडा बहुत ज्यादा सहयोग दित्ता है। बाकी सारी गल साहब साडे प्रधान साहब करनगे तुहाडे नाल, ते हले बहुत ज्यादा बंदे आपदे फोन फून इत्थे फड़े होए सी, उह सारे वाहवा बंदिआं नूं चक्किआ सी। बाकी प्रधान साहब नाल गल करा दो, सारी अज होई गई है। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। अज जिहड़ा भगवंत मान साहब दे सीएम साहब दी कोठी मूहरे धरना रखिआ सी, उहदे संबंध दे विच सानू तकरीबन तड़के 9 बजे पुलिस ने अरैसट कर लिया सी, ते तड़के दे असीं थाणे दे विच बंद सीगे, काफ़ी संघ सी, तकरीबन 300-400 बंदा सीगा, जिहदे विच असीं सब तो पहला तड़के सानू 9 बजे अरैसट कीता सी। हुण सानू जिन्ना कु पता लग्गिआ वी भाई हुण तुहानू छड्डिआ जा रिहा, हुण सानू इत्थों थाणे दे विचों रिहा कीता जा रिहा। इस करके मैं भगवंत मान साहब सीएम साहब नूं बेनती करा, सीएम साहब तुसीं पंजाब दे मुख्यमंत्री हो, अज तुहाडे हत्थ पंजाब दी ताकत है, जुल्म ना देखो करो, ठीक है, जे किसी दा कोई कसूर है जां गलबात कोई है कि उह बहि के गल्लां करो, आ ना करो, धक्का ना करो, नजायज़ ना करो। सानूं इक बेदोषे बंदिआं नूं 300 बंदा तकरीबन असीं अज थाणे दे विच बंद सीगे, होर पता नहीं कित्थे कित्थे बंद होणगे जां कित्थे कित्थे की प्रशासन धक्का होया, वो थोड़े लो वैसे चल रहा है, फेसबुक वगैरह चल रहा है। सच तो सानू तो मैं लगता तड़के की आजादी हुण मिली है, तो सारे इत्थे बुढ़िया भी तकरीबन झुट की माता भी साड़ियां सी इत्थे बैठी हुई सी, तो सारे इत्थे होर काफ़ी निहंग जथेबंदियां साडे नाल सीगियां, मतलब इन्ना सरकार धक्का ना कर, तो जिहड़ी गल है उस गल ते आ जा, पिछे तो अक्सर हुण हटना पैना, झूठ झूठ ही हुंदा, सच ही सच हुंदा, इस करके एक दिन सच का जिहड़ा फैसला होना करके करना पैना। ਇਹਨਾਂ ਕਹਿੰਦਾ ਹੋਇਆ ਮੈਂ, ਬਾਕੀ ਇਹਨਾਂ ਤੋਂ ਪੁੱਛ ਲਓ ਜੀ, ਜਿਹੜੇ ਬਾਈ ਹੋਰੀ ਇੱਥੇ ਆਏ ਹਾਂਜੀ, ਸੁਭਾਨ ਸਾਹਿਬ ਵੀ ਕੀ ਹੈ ਪੰਜ ਪੁੱਛ ਬਾਈ ਨੂੰ ਕਿਹੜਾ ਪਿੰਡ ਜੀ ਆਪਣਾ ਬਾਈ ਜੀ ਪਿੰਡ ਮੀਰਪੁਰ ਜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਇਹਨਾਂ ਨੂੰ ਵੀ ਕੋਠੀ ਮੂਰੀ ਚੱਕਿਆ ਗਿਆ ਬਾਈ, ਹਨਾ ਕੋਠੀ ਮੂਰੇ ਪਹੁੰਚ ਗਏ ਅੱਜ ਜਥੇਦਾਰ ਸਾਡੇ ਸਾਰੇ ਐਜ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਸਾਡੀ ਤਿੰਨ ਮੁੰਡਿਆਂ ਨੇ ਚੱਕਿਆ ਜੀ, ਉਹ ਮੁੰਡੇ ਨੇ ਉਧਰ ਟੰਡੇ ਟੁੰਡੇ ਮਾਰੇ ਬਾਈ ਜੀ ਹੈਗੇ ਨੇ ਉਹ ਵੀ ਇੱਥੇ ਆਪਣੇ ਹਾਂਜੀ, ਇੰਜੀਨੀਅਰ ਟੀਮ ਸਾਰੀ ਤੇ ਤੁਹਾਨੂੰ ਪਤਾ ਹੀ ਹੈ ਸਾਰੀ ਟੀਮ ਚੱਕ ਲਈ ਹਾਂਜੀ ਸਾਹਿਬ। ਸਰਪੰਚ ਉਹਨੂੰ ਰਾਜ ਨੂੰ ਫੂਤ ਕਰਦੇ ਇਹਨਾਂ ਦੇ ਰੋਕ ਮੁੰਡੇ ਨੂੰ ਘੱਟੋ ਘੱਟ ਸਾਨੂੰ 8 ਬੰਦਿਆਂ ਨੂੰ ਗੱਡੀਆਂ ਪਤਾ ਕਿੰਨੀਆਂ ਚੱਲ ਰਹੀਆਂ ਸੀ ਆ ਕੋਠੀ ਵਿਚਾਰੇ ਨੂੰ 6 ਬੰਦਾ ਸਾਨੂੰ ਪੁਲਿਸ ਦਾ ਫੜਨਾ, ਇੰਜੀਨੀਅਰ ਟੀਮ ਨੂੰ ਬਾਕੀ ਸਾਰੀ ਟੀਮ ਨੂੰ 100 ਮਤਲਬ 100 ਬੰਦਾ ਸੀ ਪੁਲਿਸ ਦਾ ਆਸੇ-ਪਾਸੇ ਕੋਠੀ ਦੇ ਘੇਰਾ ਪਾ ਲਿਆ ਜਿਵੇਂ ਅਸੀਂ ਕੋਈ ਗੈਂਗਸਟਰ ਹੁੰਨੇ ਆ, ਐਡੀ ਤਾਂ ਕੋਈ ਗੱਲ ਹੀ ਨਹੀਂ ਸੀ, ਸਾਨੂੰ ਪਿਆਰ ਨਾਲ ਵੀ ਲਿਆ ਸਕਦੇ ਸੀ, ਕਹਿੰਦੇ ਫੋਨ ਲਾ ਕੇ ਕਹਿੰਦੇ ਵੀ ਚਲੋ ਸਾਡੇ ਨਾਲ ਸਾਨੂੰ ਅਰੈਸਟ ਪਾਉਣੀ ਆ, ਕੋਈ ਚੱਕਰ ਨਹੀਂ ਹਨਾ, ਆ ਬਾਈ ਦੀ ਕੋਠੀ ਸੀਗੀ ਤੇ ਬਾਈ 300 ਬੰਦੇ ਦੀ ਪਤਾ ਕੀ ਥਿਊਰੀ ਸੀ ਅੱਜ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, 300 ਬੰਦਾ ਪਤਾ ਹੁਣ ਕੀ ਕਹਿੰਦਾ ਹੱਥ ਨੇ ਜਦੋਂ ਸ਼ਾਮ ਜੀ ਹੋ ਗਈ, ਕਹਿੰਦੇ ਇੱਕ ਤਾਂ ਤੂੰ ਹੀ ਲਾ ਦਿਓ, ਇੱਕ ਬਾਈ ਬਣ ਕੇ ਸਾਡੇ ਮੰਜੇ ਬਿਸਤਰੇ ਜਿਹੜਾ ਹੈਗਾ ਸਾਡਾ ਸੈੱਟ ਕਰ ਦਿਓ, ਅਸੀਂ ਇੱਥੇ ਹਫ਼ਤਾ ਰੱਖੋ ਚਾਹੇ 2 ਦਿਨ ਰੱਖੋ, ਸਾਨੂੰ ਜਿਹੜੀ ਉੱਡਦੀ ਗੱਲੋਂ ਬਾਹਰੋਂ ਸੁਣੀ ਉਹ ਕਹਿੰਦੇ ਵੀ ਮੋਰਚਾ ਡਟ ਗਿਆ, ਮੋਰਚਾ ਇਹ ਆ ਗੱਲ 'ਤੇ ਅੜਿਆ ਹੋਇਆ ਵੀ ਜੇ ਤਾਂ ਭੰਨ ਇਹਨੂੰ ਛੱਡੋ, ਪੁਲਿਸ ਕਹਿੰਦੀ ਵੀ ਅਸੀਂ ਫੇਰ ਛੱਡਾਂਗੇ, ਜਿਹੜੇ ਬੰਦੇ ਜਿੰਨੇ ਆਪਣੇ ਬੰਦੇ ਅਰੈਸਟ ਕਰੇ ਹੋਏ ਸੀਗੇ ਉਹ ਬੰਦੇ ਭਾਈ ਅੜ ਗਏ, ਉਹ ਕਹਿੰਦੇ ਚਾਹੇ ਸਾਨੂੰ ਹਫ਼ਤਾ ਇੱਥੇ ਬੈਠੇ ਰਹੀਏ ਪਰ ਸਾਡਾ ਮੋਰਚਾ ਜਿਹੜਾ ਉਹ ਕਾਮਯਾਬ ਹੋਣਾ ਚਾਹੀਦਾ। ਆਹ ਸਾਡਾ ਭਰਾ ਹੈਗਾ ਬੋਪਨ, ਬੋਪਨ ਦੀ ਕੋਠੀ ਦੇ ਵਿੱਚ ਦੀ ਬਾਈ ਅਸੀਂ, ਇਹ 11 ਦਾ ਯਾਰ ਆ, ਤੜਕੇ ਇਹਨੂੰ ਚੱਕਿਆ ਸੀ ਐਸ ਪੀ ਨੂੰ ਬਥੇਰਾ ਗਿਆ ਵੀ ਯਾਰ ਇਹਨੂੰ ਛੱਡ ਦੇ, ਇਹ ਕਹਿੰਦਾ ਨਾਲ ਜਾਣਾ, ਇਹ ਕਹਿੰਦਾ ਨਾਲ ਜਾਣਾ, ਨਾਲ ਹੀ ਜਾਣਗੇ ਕਹਿੰਦਾ ਸੀਐਮ ਦੀ ਕੋਠੀ ਦੇ ਕੋਲੇ ਆ, ਹੈ ਸੀਐਮ ਦੀ ਕੋਠੀ ਕੋਲੇ, ਜਿਹੜਾ ਸਾਡਾ 300 ਬੰਦਾ ਇਹ ਹੈ ਇਹ ਸੀਐਮ ਦੀ ਕੋਠੀ ਕੋਲੇ ਪਹੁੰਚਿਆ ਬਾਈ, ਉੱਥੋਂ ਚੱਕੇ ਗਏ ਆ ਸਾਰੇ ਅਸੀਂ ਪਲੈਨਿੰਗ ਨਾਲ, ਪਲੈਨਿੰਗ ਸਾਡੀ ਬਹੁਤ ਵੱਡੀ ਸੀ, ਚਲੋ ਪਰਮਾਤਮਾ ਨੇ ਹਜੇ ਵੀ ਕਿਰਪਾ ਕਰਤੀ। ਮੈਂ ਸੀਐਮ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਲੋਕ ਵਧੀ ਗਏ, ਲੋਕ ਪਹੁੰਚਾਉਂਦੇ ਨੇ ਅਰਸ਼ ਤੇ, ਲੋਕ ਹੀ ਪਹੁੰਚਾਉਂਦੇ ਨੇ ਫਰਸ਼ ਤੇ, ਲੋਕ ਪਹੁੰਚਾਉਂਦੇ ਨੇ ਅਰਸ਼ ਤੇ, ਲੋਕ ਪਹੁੰਚਾਉਂਦੇ ਨੇ ਫਰਸ਼ ਤੇ। ਬਾਕੀ ਵੀਡੀਓ ਭਾਗੇ ਜਾ ਕੇ ਪਾਉਂਦੇ ਆ, ਆ ਜਾਊਗਾ ਡਟ ਕੇ।